دینا. روکی 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 تو بچے لو آواز نہیں جا رہی, یہ کتنے مر گیا بھائی. اوئے दो किलो चीनी भी लिख लो ना. है जी. हेलो जी बॉस. है की हो रहे बॉस? है ना. एक ही कर रहे हैं. तवीज लिख रहे हो कोई? नहीं बॉस. डेढ़ घंटे से मैं तेरे वादा मार रहा, तू अगो ना. हाँ वही तुम कुछ समझे की तुम्हें? सॉरी बॉस. है की कर रहे बॉस? है मैं ना आखी सॉरी जान. ब्लड सैंपल आया सी, ये जरा नेगेटिव है गा. वो नेगेटिव? हां जी. मैं गा मैं खून ना लिख रहे. हां जी. उन खुश करना? हां जी, उन खुश करना. तेरा बेड़ा गर्क को खाना खराब किया पुत्रा, वो किसी मरीज के सैंपल का खत लिख रहे हैं? जी सर, यार जरा नेगेटिव है, जरा महंगा खून है, मैं कह जरा इंप्रेस हो जाएगी. तेरा मेरा रंग नेगेटिव वाला है, ये पॉजिटिव वाला है ही नहीं. खाना खराब किया पुत्रा, वो तो खून का खत लिख रहे हैं. जी सर, जो उधर टेस्ट की करेंगे उधर से मेनू जो आ गया उन्होंने रिपोर्ट लेना ना. नहीं सर, मेरा दिल टूटा, मैं उन्होंने मनाना तो आया ना किसी तरीके ना. अच्छा जी. हां जी. ਲੋਕਾਂ ਦੇ ਖੂਨ ਦਾ ਖਤ ਲਿਖ ਕੇ ਤੇ ਉਹਨੂੰ ਮਨਾਉਣਾ ਹੈ ਤੂੰ? ਹਾਂਜੀ. ਓਏ ਗੁੱਡ ਓਏ, ਮਿਹਰਬਾਨੀ. ਤੂੰ ਨਾ ਬੇਟਾ ਆਇਂਦਾ ਐਸਾ ਕਰਨਾ, ਜਦੋਂ ਸੈਂਪਲ ਲੈਣਾ ਨਾ ਮਰੀਜ਼ ਦਾ, ਹਾਂਜੀ ਹਾਂਜੀ, ਖੂਨ, ਤੂੰ ਕੰਮ ਅਜ ਕੰਮ ਨਾ ਇੱਕ ਲੀਟਰ ਵਾਲੀ ਬੋਤਲ ਕੱਢ ਲੀਟਰ, ਤਾਂ ਕਿ ਤੂੰ ਖਤ ਵੀ ਲਿਖ ਰਿਹਾ, ਤੁਹਾਡਾ ਟੈਸਟ ਵੀ ਹੋ ਜਾਵੇ. ਤੇ ਜੇ ਮਰੀਜ਼ ਪੁੱਛੇ ਨਾ ਇੰਨਾ ਬੜਾ ਕਿਉਂ ਕੱਢਿਆ, ਤੂੰ ਕਹਿਣਾ ਜੀ ਮੈਂ ਛਿੜਕਾ ਕੇ ਚੈੱਕ ਕਰਨ ਆਇਆ. ਕਰ ਛਿੜਕ. ਤੈਨੂੰ ਕੋਈ ਸ਼ਰਮ ਹਈਆ ਹੈ ਤੈਨੂੰ? ਸੋਰੀ ਸਰ. ਇੱਥੇ ਇਸ਼ਕ ਫਰਮਾਨ ਨੇ, ਇਹ ਹਸਪੀਟਲ ਹੈ, ਡਿਸਪੈਂਸਰੀ ਹੈ. ਜੀ ਸੋਰੀ ਸਰ. ਖਾਣਾ ਖਰਾਬ ਦਿਆ ਪੁੱਤਰਾ, ਬਾਗੇ ਚ ਨਾ ਚੱਕਰ ਲਿਖਣ ਡਿਆ ਬਹਿ ਕੇ. ਦੱਸ ਯਾਰ ਕੀ ਬੜਾ ਕਰ ਕੀਤਾ? ਰੁੱਸੀ ਹੈ ਤੇਰੇ ਨਾਲ? ਹਾਂਜੀ ਹਾਂਜੀ, ਨਾਰਾਜ਼ ਹੋ ਗਈ. ਕੀ ਕਹਿੰਦੀ? ਨਹਾਇਆ ਕਰ. ਜੀ. ਹੈ? ਹਾਂਜੀ, ਇੰਨੀ ਠੰਡ ਪੈ ਰਹੀ ਹੈ, ਮੈਂ ਉਹਨੂੰ ਕਿਹਾ ਮੇਰੇ ਵੱਲੋਂ ਫਿਰ ਇਨਕਾਰ ਹੀ ਹੈ. ਤੈਨੂੰ ਮੈਂ ਇੱਥੋਂ ਕੱਢਤਾ ਨਾ, ਤੈਨੂੰ ਪੈ ਠੰਡ ਜਾਣੀ. ਜੀ. ਖਾਣਾ ਖਰਾਬ ਦਿਆ ਪੁੱਤਰਾ, ਮੈਂ ਡੇਢ ਘੰਟੇ ਤੋਂ ਵਾਦਾ ਮਾਰ ਰਿਹਾ, ਤੂੰ ਮੇਰੀ ਵੀ ਨਹੀਂ ਸੁਣ ਰਿਹਾ, ਏਡਾ ਤੈਨੂੰ ਇਸ਼ਕ ਚੜਿਆ. ਸਾਰੀਆਂ ਸ਼ਫੀ ਸਾਹਿਬ ਜਿਹੜੇ ਕਰਿਆਂਦੇ ਵਾਲੇ ਸਰ, ਰਿਪੋਰਟ ਆ ਗਈਆਂ ਸਾਰੀਆਂ ਸਰ. ਆ ਗਈਆਂ ਨੇ? ਹਾਂਜੀ ਸਰ. ਲੈ ਕੇ ਮੇਰੇ ਕਮਰੇ ਜਾ. ਜੀ ਸਰ. ਹੱਦ ਹੋ ਗਈ ਯਾਰ. ਜੀ ਸਰ. ਜੀ ਸਰ. ਕੀ? ਜੀ ਸਰ. ਬੰਦ ਕਰ ਇਹਨੂੰ. ਜੀ ਸਰ, ਲੈ ਆ ਰਿਹਾ ਸਰ. ਆ ਪਠਾ. ਆਏ ਆਏ ਮਾਂ ਮੇਰੀ, ਏ ਆਏ ਮੈਂ ਮਰ ਗਿਆ ਓਏ, ਆਏ ਓਏ ਹਾਏ ਮੈਂ ਮਰ ਗਿਆ ਓਏ. ਆਖਿਆ ਸੀ ਮਾਂ ਨੂੰ ਸ਼ਾਦੀ ਨਹੀਂ ਕਰਨੀ, ਬੜਾ ਮਾਰਿਆ, ਮਰ ਗਏ ਥਾਂ. ਮਾਂ ਕਹਿੰਦਾ ਅੰਦਰ ਕਰਵਾ ਦੇਗਾ ਇਹਨਾਂ ਨੂੰ, ਮੈਂ ਇਹਨਾਂ ਨੂੰ ਜੇਲ੍ਹ ਕਰਵਾ ਦੇਣੀ ਆ, ਮੈਂ ਰੋਲ ਦਿਆਂਗਾ ਕਚਹਿਰੀਆਂ 'ਚ. ਆਏ ਕੌਣ ਹੈ ਪਿੱਛੇ ਓਏ? ਹਾਏ ਬੜਾ ਮਾਰਾ, ਏ ਬੜਾ ਮਾਰਾ ਰੇ. ਹਾਏ ਕਿਧਰੇ ਮੈਂ ਇਹਦੇ ਨਹੀਂ ਜਲਦੀ ਆ ਗਏ ਆ, ਕੋਈ ਵੀ ਨਹੀਂ ਲੱਗਦਾ, ਰੋਟੀ ਖਾਣ ਗਏ ਨੇ. ਯਾਰ ਕਿੱਡੇ ਬਦ ਖਬਰੇ ਨੇ, ਇਹਨਾਂ ਨੂੰ ਇਹ ਯਕੀਨ ਨਹੀਂ ਕਿ ਕੋਈ ਮਰੀਜ਼ ਆ ਸਕਦਾ. ਆਏ ਮਰ ਗਿਆ ਮਾਂ. ਆਏ ਓਏ ਚਾ. ਆਏ
ਓਏ ਇਹਨਾਂ ਤੇ ਮਾਰਨੇ ਨਹੀਂ ਤਰਾ ਕੱਢਿਆ ਜਿੰਨਾ ਤੂੰ ਕਰ ਦਿੱਤਾ ਓਏ ਹਾਏ ਅਜੇ ਸੌਰੀ 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 ਉਹ ਕਿੱਧਰ ਆਏ ਹੋ ਗਰਾਊਂਡ 'ਚ ਆਇਆ ਜੀ ਮੈਂ ਤੁਹਾਨੂੰ ਰਨ ਆਊਟ ਦੇ ਦਿੱਤਾ ਸ਼ੁਕਲੇ ਮੈਨੂੰ ਅੰਪਾਇਰ ਲਾ ਦੇਣਾ ਅੰਪਾਇਰ ਜਨਾਬ ਕੀ ਕਹਿ ਰਹੇ ਹੋ ਇਹ ਡਿਸਪੈਂਸਰੀ ਏ ਤੁਹਾਡੇ ਤੇ ਬੇੜੇ ਗਰਕ ਹੋਏ ਕੀ ਗੱਲ ਏ ਐਕਸੀਡੈਂਟ ਹੋਇਆ ਐਕਸੀਡੈਂਟ ਨਹੀਂ ਹੋਇਆ ਉਹਨਾਂ ਦਾ ਬੇੜਾ ਗਰਕ ਹੋਇਆ ਉਹਨਾਂ ਦਾ ਕੰਖ ਯਾਰ ਵੇਲੇ ਦਾ ਖਾਲਾ ਖਰਾਬ ਦੇ ਪੁੱਤਰਾ ਵਾ ਜਨਾਬ ਕੀ ਚਾਹੁੰਦੇ ਹੋ ਤੁਸੀਂ ਆਏ ਮੈਂ ਮਰ ਗਿਆ ਮੈਂ ਨਹੀਂ ਬਚਣਾ ਉਹ ਤੇ ਮੈਨੂੰ ਪਤਾ ਹੈ ਤੂੰ ਜਾਨ ਕੱਢਣ ਆਇਆ ਆਓ ਮੈਂ ਤੁਹਾਨੂੰ ਡਾਕਟਰ ਸਾਹਿਬ ਨਾਲ ਲੈ ਚੱਲਾਂ ਮੇਰੇ ਮੇਰੇ ਡਾਕਟਰ ਸਾਹਿਬ ਕੋ ਡਾਕਟਰ ਸਾਹਿਬ ਕਿੱਥੇ ਨੇ ਡਾਕਟਰ ਸਾਹਿਬ ਅੰਦਰ ਨੇ ਕਮਰੇ 'ਚ ਕਿਹੜੇ ਕੇਸ 'ਚ ਕਿਹੜੇ ਕੇ ਜਨਾਬ ਡਾਕਟਰ ਸਾਹਿਬ ਦਾ ਰੂਮ ਹੁੰਦਾ ਇੱਕ ਡਾਕਟਰ ਸਾਹਿਬ ਅੰਦਰ ਨੇ ਹਾਂਜੀ ਤੇ ਤੁਸੀਂ ਕੌਣ ਹੋ ਮੈਂ ਉਹਨਾਂ ਦਾ ਕੰਪਾਊਂਡਰ ਆ ਅੱਛਾ ਕੰਪਾਊਂਡਰ ਹਾਂਜੀ ਆਹ ਹੱਥ ਪਵਾਈ ਦਾ ਕਹਿੰਦੇ ਪੈਸੇ ਲੈਣੇ ਇੱਥੇ ਹਾਂਜੀ ਆਓ ਜੀ ਓਏ ਕੰਪਾਊਂਡਰ ਆ ਉਹ ਤੇਰਾ ਖੱਖ ਦਾ ਰਵੇ ਓਏ ਆਓ ਜੀ ਉਹ ਜ਼ਖਮ ਹੈ ਆਸਤਾ ਮੈਨੂੰ ਖੁਰੇ ਚ ਲੈ ਗਿਆ ਮਰ ਗਿਆ ਕੁਛ ਨਾ ਪੁੱਛੋ ਚਲੋ ਠੀਕ ਜੀ ਜੀ ਮੈਨੂੰ ਆਪਣੀ ਜਗ੍ਹਾ ਕੁਛ ਨਾ ਪੁੱਛੋ ਮੈਨੂੰ ਸੱਟਾਂ ਵੱਜੀਆਂ ਮੈਂ ਤਾਂ ਕਹਿ ਰਿਹਾ ਕੁਛ ਨਾ ਪੁੱਛੋ ਅੱਛਾ ਤਾਂ ਕਿਹਾ ਆਏ ਤੁਸੀਂ ਕਾਫੀ ਇੰਜਰਡ ਹੋ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਤੁਹਾਨੂੰ ਜੀ ਸੱਟਾਂ ਹੀ ਨਹੀਂ ਹੋਰ ਮੈਂ ਕਢਾਈ ਕਰਕੇ ਆਇਆ ਓਏ ਓਏ ਆਏ ਮਾਂ ਮਰੀਏ ਦੁਕਾਨ ਦੀ ਜੇ ਤੇਰੀ ਏ ਤੇ ਆ ਜਾ ਮੈਂ ਕੀ ਗੱਲਾਂ ਜੀ ਕੀ ਕਰਨ ਦੇ ਭਾਈ ਡਾਕਟਰ ਸਾਹਿਬ ਡਾਕਟਰ ਕੋਲ ਆਏ ਤੁਸੀਂ ਡਾਕਟਰ ਹੀ ਹੋ ਐਕਸੀਡੈਂਟ ਹੋਇਆ ਤੁਹਾਡਾ ਕੋਈ ਨਹੀਂ ਜੀ ਐਕਸੀਡੈਂਟ ਹੋਇਆ ਆਏ ਕੁਛ ਨਾ ਪੁੱਛੋ ਕੀ ਹੋਇਆ ਜੇ ਮੈਂ ਕਹਿੰਦਾ ਇਹਨਾਂ ਨੂੰ ਸਾਲ ਸਾਲ ਮੰਦਰ ਕਰਵਾ ਦਿਆਂਗਾ ਬੇੜੇ ਗਰਕ ਕਰਵਾ ਦੇਗਾ ਇਹਨਾਂ ਦੇ ਮੈਂ ਕਚਹਿਰੀਆਂ ਚ ਰੁਲਣਗੇ ਅਦਾਲਤਾਂ ਚ ਰੁਲਣਗੇ ਜੀ ਗੱਲਾਂ ਕਰ ਮੈਂ ਕੀ ਦੱਸਾਂ ਤੇ ਕੀ ਨਾ ਦੱਸਾਂ ਜੋ ਮੈਂ ਤੈਨੂੰ ਪੁੱਛਿਆ ਡਾਕਟਰ ਸਾਹਿਬ ਤੁਸੀਂ ਡਾਕਟਰ ਹੋ ਜਾਂ ਕੋਈ ਮਖੌਲੀ ਹੋ ਸਮਝਦਾਰ ਸਨ ਲੈਣਾ ਦੇਣਾ ਨੇ ਸੇਵਾ ਦੇ ਡਾਕਟਰ ਸਾਹਿਬ ਮੈਨੂੰ ਬਹੁਤ ਬੁਰਾ ਮਾਰਿਆ ਜੇ ਲੰਮਿਆ ਪਾ ਕੇ ਮਾਰਿਆ ਜੇ ਤੈਨੂੰ ਐਡੀ ਮਹਿੰਗਾਈ ਚੀ ਚੀਜ਼ਾਂ ਵੱਧ ਵੱਧ ਨਜ਼ਰ ਆ ਰਹੀ ਹਾਂਜੀ ਜੀ ਮੈਨੂੰ ਬਹੁਤ ਮਾਰਿਆ ਉਹਨਾਂ ਨੇ ਯਾਰ ਕਿੰਨਾ ਨੇ ਮਾਰਿਆ ਤੈਨੂੰ ਅੱਛਾ ਜੀ ਤੁਸੀਂ ਤੇ ਹੌਸਲਾ ਕਰੋ ਤਲ ਤਲ ਵੀ ਪਈ ਹੈ ਮੈਂ ਤੈਨੂੰ ਸਾਥ ਦੇ ਰਿਹਾ ਯਾਰ ਤੇਰੇ ਦਿਲ ਦੇ ਨਾ ਕਿ ਯਾਰ ਮੇਰੇ ਨਾਲ ਕੋਈ ਨਹੀਂ ਦੋ ਜਣੇ ਨੇ ਮਾਰੇ ਉਹ ਦੋ ਤੇ ਮੈਂ ਇਕੱਲਾ ਉਹਨਾਂ ਦੇ ਚਾਰ ਹੱਥ ਤੇ ਮੇਰੇ ਦੋ ਮੈਂ ਤੁਹਾਨੂੰ ਕੀ ਦੱਸਾਂ ਮੈਂ ਉਹਨਾਂ ਦੇ ਇੱਕ ਚਪੇੜ ਵੀ ਜ਼ਾਇਆ ਨਹੀਂ ਆਉਣ ਦਿੱਤੀ ਅੱਗੇ ਹੋ ਕੇ ਖਾਧੀ ਹਾਏ ਹਾਏ ਕੋਈ ਹੌਸਲਾ ਨਹੀਂ ਬੜਾ ਮਾਰਿਆ ਦੋ ਜਣੇ ਨੇ ਮੈਨੂੰ ਰਲ ਕੇ ਓਏ ਤਰੂ ਹੈ ਨਹੀਂ ਇਹ ਤਾਂ ਬੇਈਮਾਨੀ ਹੈ ਨਾ ਕੰਦਾ ਜਿ ਮਾਰਿਆ ਮੇਰੀ ਹੱਡੀ ਵੀ ਟੁੱਟੀ ਹੋਵੇ ਨੱਕ ਦੀ ਟੁੱਟੀ ਹੋਵੇ ਦੰਦ ਟੁੱਟੇ ਹੋਣ ਅਸੀਂ ਪੱਕੀ ਰਿਪੋਰਟ ਬਣਾਓ ਸਾਲ ਸਾਲ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਹੁਣ ਤੁਸੀਂ ਕੀ ਚਾਹੁੰਦੇ ਹੋ ਤੁਹਾਡੀ ਕੋਈ ਮੈਡੀਕਲ ਰਿਪੋਰਟ ਬਣ ਜਾਏ ਮੈਂ ਕਹਿੰਦਾ ਡਾਕਟਰ ਸਾਹਿਬ ਐਸੀ ਰਿਪੋਰਟ ਬਣਾਓ ਪੈਸਿਆਂ ਦੀ ਟੈਨਸ਼ਨ ਨਾ ਲੈਣਾ
ਕਮੇਟੀ ਨਿਕਲੀ ਆ ਮੇਰੀ ਲਾ ਲੋ ਰਿਪੋਰਟ ਐਸੀ ਹੋਣੀ ਚਾਹੀਦੀ ਕਿਸੇ ਨੂੰ ਮੂੰਹ ਮਾਰ ਜੋਗੇ ਇਹਨਾਂ ਦੇ ਬੱਚੇ ਰੁਲ ਜਾਣ ਇਹਨਾਂ ਦੀਆਂ ਮਾਵਾਂ ਆ ਕੇ ਮੇਰੇ ਪੈਰੀ ਪੈਣ ਇਹਨਾਂ ਦੀਆਂ ਬੁੱਢੀਆਂ ਆ ਕੇ ਮੇਰੇ ਅੱਗੇ ਆਪਣੇ ਦੁਪੱਟੇ ਸੁੱਟ ਦੇਣ ਸਮਝ ਲਓ ਕਿ ਮੈਂ ਮਰ ਗਿਆ ਇਹਨਾਂ ਦੇ ਹੱਥੋਂ ਕਤਲ ਹੋ ਗਏ ਹਾਂ ਐਸੀ ਰਿਪੋਰਟ ਹੋਣੀ ਚਾਹੀਦੀ ਹੈ ਅੱਛਾ ਜੀ ਹਾਂਜੀ ਆਖਰੀ ਰਿਪੋਰਟ ਬਣਾ ਦਿਓ ਆਖਰੀ ਰਿਪੋਰਟ ਬਣਾ ਦਿਓ ਅੱਛਾ ਜੀ ਤੁਹਾਨੂੰ ਸਭ ਤੋਂ ਪਹਿਲੇ ਕੋ ਪੱਟੀਆਂ ਛਿੱਟੀਆਂ ਕਰਦੀ ਹਾਂਜੀ ਪੱਟੀਆਂ ਹਾਂ ਦੇਖ ਲਓ ਨਹੀਂ ਯਾਰ ਪਹਿਲੇ ਮੈਂ ਪਤਾ ਕੀ ਚਾਹ ਰਿਹਾ ਜੀ ਤੁਹਾਡੀ ਕੋਈ ਰਿਪੋਰਟ ਐਸੀ ਬਣੇਗੀ ਜਿਹੜੀ ਤੁਹਾਡੀ ਹੱਡੀ ਟੁੱਟੀ ਹੋਵੇ ਹਾਂਜੀ ਕਿਹੜੀ ਤੋੜੋਗੇ ਹੈ ਹੱਡੀ ਕਿਹੜੀ ਤੋੜੋਗੇ ਘੱਟ ਬੰਦੇ ਹੀ ਬਚੇ ਨੇ ਦਿਮਾਗ ਵਾਲੇ ਕੋਈ ਹੋਰ ਹੱਡੀ ਤੋੜ ਲੋ ਫਿਰ ਤੁਹਾਡੀ ਵਾਧੂ ਦੀ ਹੱਡੀ ਤੋੜ ਲਈ ਕਿਤੇ ਬਾਂਹ ਵੀ ਦੇਣੀ ਪੈ ਜਾਂਦੀ ਹਰ ਗੱਲ ਚ ਜੀ 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 ਕੋਈ ਹੋਰ ਦੇਖ ਲੋ ਹੱਡੀ ਜਬੜੇ ਦਾ ਨੱਕ ਦੀ ਹੱਡੀ ਬੇਹਤਰੀਨ ਰਿਜ਼ਲਟ ਆਏਗਾ ਅੱਛਾ ਸਜ਼ਾ ਕਿੰਨੀ ਉਹਨਾਂ ਨੂੰ ਉਹਨਾਂ ਨੂੰ ਬਈ ਮੈਂ ਤੈਨੂੰ ਰਿਪੋਰਟ ਐਸੀ ਬਣਾ ਦਿਆਂਗਾ ਠੀਕ ਹੋ ਗਿਆ ਕੰਮ ਅਜ ਕੰਮ ਹੋਏ ਕਿਸੇ ਇੱਕ ਸਾਲ ਤੇ ਬਾਹਰ ਬੰਦੇ ਨਹੀਂ ਜਾਂਦੇ ਵੈਰੀ ਗੁੱਡ ਡਾਕਟਰ ਸਾਹਿਬ ਅੱਛਾ ਤੈਨੂੰ ਘਰ ਆ ਕੇ ਮਾਰਿਆ ਜਾਂ ਤੂੰ ਉਹਨਾਂ ਦੇ ਘਰ ਗਿਆ ਜੀ ਉਹਨਾਂ ਨੇ ਮੈਨੂੰ ਮਾਰਿਆ ਘਰ ਆ ਕੇ ਮਾਰਿਆ ਮਾਰਿਆ ਬਾਹਰ ਕੱਢ ਲਿਆ ਮੈਨੂੰ ਇਹ ਬਿਹਤਰੀ ਹੋਈ ਬੰਦਾ ਕਿ ਤੂੰ ਜ਼ਿਆਦਾ ਦੇ ਖਰਚਾ ਹੋਣਾ ਹੈ ਇਹ ਅੱਛਾ ਕੀਤਾ ਕਿ ਉਹ ਆਪ ਆ ਗਏ ਉਹ ਆਪ ਹੀ ਆਏ ਨੇ ਡਾਕਟਰ ਸਾਹਿਬ ਕਿਉਂਕਿ ਇਹ ਫੇਰਾ ਤੂੰ ਜ਼ਿਆਦਾ ਟਾਈਮ ਹੀ ਲੱਗਣਾ ਸੀ ਖਰਚਾ ਵੀ ਹੋਣਾ ਸੀ ਜੀ 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 ਉਹ ਆਪ ਹੀ ਆ ਗਏ ਗੁੱਟ ਵੀ ਮਰੋੜਿਆ ਜੀ ਮੈਂ ਕੀ ਦੱਸਾਂ ਤੁਹਾਨੂੰ ਡਾਕਟਰ ਸਾਹਿਬ ਕੰਨ ਚ ਤੱਕ ਛਾਂ ਛਾਂ ਹੋਣ ਡਈ ਗੱਲਾਂ ਬੈਦੀ ਚਪੇੜ ਮਾਰੀ ਉਹਨੇ ਦੋ ਤਿੰਨ ਜਗ੍ਹਾ ਟਾਂਕੇ ਲੱਗੇ ਹੋਣਗੇ ਨਾ ਇੱਕ ਤੇ ਸੋਹਣੇ ਲੱਗਣ ਜੀ ਅੱਛਾ ਫਿਰ ਰਿਪੋਰਟ ਚ ਲਿਖੇ ਵੀ ਸੋਹਣੇ ਲੱਗਣ ਨਹੀਂ ਸੱਟਾ ਹੋਰ ਲੋ ਆ ਕੇ ਆਵਾਂ ਨਹੀਂ ਨਹੀਂ ਮੈਂ ਆਪ ਲਾ ਲੈਣਾ ਕੋਈ ਟੈਨਸ਼ਨ ਨਹੀਂ ਕਪੜਾ ਟਾਵਲ ਟਾਵਲ ਤੌਲੀਆ ਕਹਿੰਦੇ ਨੇ ਤੌਲੀਆ ਪਰ ਉਹ ਟਾਵਲ ਰੱਖੀ ਨਾ ਜੀ ਤੁਹਾਡੇ ਨੱਕ ਤੇ ਅੱਛਾ ਜੀ ਇੱਟ ਦੀ ਨੋਕ ਦੇਖੀ ਤੁਸੀਂ ਇੱਟ ਦੀ ਨੋਕ ਹਾਂਜੀ ਇੱਟ ਦੀ ਨੋਕ ਨਾਲ ਤੁਹਾਡੇ ਨੱਕ ਤੇ ਮਾਰਾਂਗਾ ਇਹ ਕੀ ਸੁਣ ਲਓ ਉਹਦਾ ਹੈਗਾ ਮਾੜਾ ਜਿਹਾ ਨਿਸ਼ਾਨ ਪਏਗਾ ਹੱਡੀ ਤੇ ਅੱਛਾ ਉਹ ਮੈਂ ਰਿਪੋਰਟ ਬਣਾ ਲਵਾਂਗਾ ਜੀ ਨੱਕ ਦੀ ਹੱਡੀ ਕਰਾ ਕੇ ਟੁੱਟੇਗੀ ਤੇ ਨਹੀਂ ਹੈ ਟੁੱਟੇਗੀ ਤੇ ਨਹੀਂ ਨਾ ਅਗਰ ਟੁੱਟ ਵੀ ਜਾਏਗੀ ਤੇ ਤੁਸੀਂ ਕਿਹੜਾ ਮਤਲਬ ਕਿ ਸਾਲਨ ਸੁੰਘਣੇ ਹੋਣੇ ਹੋਟਲ 'ਚ ਲੱਗੇ ਪਹਿਲੇ ਮੇਰੀ ਮੰਗਣੀ ਵੀ ਟੁੱਟੀ ਹੈ ਨਾ ਜੀ ਤੇਰੀ ਹਾਲਤ ਵੇਖ ਕੇ ਲੱਗਦਾ ਤੇਰੀ ਦਿਹਾੜੀ ਵੀ ਟੁੱਟੀ ਹੈ ਬਸ ਅੱਲਾ ਹੀ ਜੀ ਕੰਮ ਤੇ ਵੀ ਨਹੀਂ ਗਿਆ ਤੂੰ ਹੈ ਦੇਖੋ ਰਿਪੋਰਟ ਪੱਕੀ ਬਣਾਓ ਬਸ ਰਿਪੋਰਟ ਬੇਸ ਕਿਸਮ ਦੀ ਬਣਾ ਦਿਆਂਗਾ ਵੀ ਮੇਰੀ ਬਣਾਈ ਰਿਪੋਰਟ ਅੱਛਾ ਜੀ ਅਗਰ ਉਹ ਬੰਦੇ 2 ਸਾਲ ਬਾਹਰ ਰਹਿ ਜਾਣ ਹਾਂ ਉਹਨਾਂ ਦੀ ਮਦਦ ਵਾਰ ਜਿੰਦੇ ਰਹੋ ਡਾਕਟਰ ਸਾਹਿਬ ਕੋ ਤੁਹਾਨੂੰ ਅਰੇ ਅੱਲਾ ਤੁਹਾਨੂੰ ਚਿੱਟਾ ਕਰੇ ਦੁਆਏ ਮੇਰੀ ਡਾਕਟਰ ਸਾਹਿਬ ਦੁਆਏ ਤੇਰੀ ਇਹ ਸਾਲ ਦੀ ਦੁਆ ਤੇਰੀ ਲੱਗਣੀ ਘੱਟ ਵੱਧ ਹੈ ਤੂੰ ਨੇ ਅਸਾ ਕਰ ਫਿਲਹਾਲ ਮੈਂ ਤੈਨੂੰ ਅੱਛਾ ਨਾਲ ਰਿਪੋਰਟ ਬਣਾਣਾ ਜੀ ਜੀ ਉਠੋ ਸਾਡਾ ਮੈਂ ਮੈਡੀਕਲ ਕਰਾਂ ਅੱਛਾ ਜੀ ਤੇ ਨਾਲ ਮੈਂ ਤੁਹਾਨੂੰ ਇਹ ਗੋਲੀਆਂ ਲਿਖ ਕੇ ਦਿੰਦਾ ਪੇਨ ਕਿਲਰ ਅੱਛਾ ਜੀ ਕਿਹੜੀਆਂ ਜੀ ਪੇਨ ਕਿਲਰ ਸਮਝ ਲਓ ਪੇਨ ਮਸਲਨ ਯਾਨੀ ਕਿ
ਦਰਦ ਵਾਲੀਆਂ ਗੋਲੀਆਂ। ਅੱਛਾ ਦਰਦ ਦੇ ਦਿਲ। ਹਾਂਜੀ ਇਹ ਦਰਦ ਵਾਲੀਆਂ ਗੋਲੀਆਂ ਨੇ। ਠੀਕ ਹੈ ਜੀ। ਉਹਨਾਂ ਨੂੰ ਕਹਿੰਦੇ ਨੇ ਪੇਨ ਕਿਲਰ। ਅੱਛਾ ਪੇਨ ਕਿਲਰ। ਪੇਨ ਕਿਲਰ ਨਹੀਂ, ਪੇਨ ਦਾ ਕਿਹੜਾ ਕਲਰ ਹੁੰਦਾ, ਪੇਨ ਦੀ ਤਕਲੀਫ ਹੁੰਦੀ ਆ। ਪੇਨ ਦਾ ਕਲਰ ਨਹੀਂ ਹੁੰਦਾ। ਤੁਹਾਨੂੰ ਕਿਸੇ ਡਾਕਟਰ ਕੋਲ ਲੈ ਜਾਵਾਂ? ਨਹੀਂ ਮੈਂ ਦਿਮਾਗ ਖਰਾਬ ਹੈ। ਪੇਨ ਕਿਲਰ ਟੈਬਲੇਟ ਹੁੰਦੀ ਹੈ। ਠੀਕ ਹੈ ਜੀ। ਇਹਦੇ ਨਾਲ ਦਰਦ ਹਲਕੀ ਹੁੰਦੀ ਹੈ। ਠੀਕ ਹੋ ਗਿਆ। ਇਹ ਤੁਸੀਂ ਨਹੀਂ ਖਾਣੀ ਹੈ। ਹੈ? ਕਿਉਂਕਿ ਦਰਦ ਹਲਕੀ ਹੋ ਗਈ ਤੁਹਾਡੀ ਤਕਲੀਫ ਘੱਟ ਜਾਏਗੀ, ਮੈਡੀਕਲ ਅੱਛਾ ਨਹੀਂ ਬਣੇਗਾ। ਠੀਕ ਹੈ। ਤੇ ਕੀ ਖਾਣਾ ਫਿਰ? ਤੁਸੀਂ ਫਿਲਹਾਲ ਤੇ ਜਿਹੜੀ ਖੀਰ ਖਾਧੀ ਹੈ ਨਾ ਜੀ। ਹੈ? ਉਹਦੇ ਬਾਅਦ ਤੁਸੀਂ ਇਹ ਮੈਂ ਤੁਹਾਨੂੰ ਇੱਕ ਸਾਸ਼ੇ ਲੈ ਕੇ ਦੇ ਰਹੇ ਆ। ਅੱਛਾ ਸਾਸ਼ੇ। ਇਹ ਪਾਣੀ 'ਚ ਪਾ ਕੇ ਨਾ ਜੀ। ਜੀ ਜੀ। ਇਹਦੇ ਬੁਲਬੁਲੇ ਬਣਾਉਣੇ। ਠੀਕ ਹੈ। ਬੁਲਬੁਲੇ ਕੀ ਜੀ? ਸਾਸ਼ੇ ਆ ਕੇ ਤੁਹਾਡਾ ਦਿਲ ਲੱਗਾ ਰਿਹਾ ਵੀ ਤੁਹਾਨੂੰ ਨਾ ਤਕਲੀਫ ਨਾ ਹੋਵੇ। ਸਾਰੇ ਕਿਹੜੇ ਟੈਸਟ ਕਰ ਰਹੇ ਹੋ ਤੁਸੀਂ ਡਾਕਟਰ ਸਾਹਿਬ? ਤੇ ਇਹ ਇੱਕ ਕੈਪਸੂਲ ਹੈ। ਅੱਛਾ ਜੀ। ਜਦੋਂ ਤੁਹਾਨੂੰ ਬਹੁਤ ਜ਼ਿਆਦਾ ਤਕਲੀਫ ਹੋਵੇ ਨਾ ਜੀ। ਜੀ ਜੀ। ਬਹੁਤ ਜ਼ਿਆਦਾ। ਹਾਂਜੀ। ਉਦੋਂ ਤੁਸੀਂ ਇਹ ਕੈਪਸੂਲ ਮੈਡੀਕਲ ਸਟੋਰ 'ਚ ਜਾ ਕੇ ਲੈਣਾ ਹੈ। ਜੀ। ਏਡਾ ਮਹਿੰਗਾ ਕਿ ਤੁਹਾਡੀ ਤਕਲੀਫ ਹੋਰ ਵੱਧ ਜਾਏਗੀ। ਮਹਿੰਗੇ ਤੋਂ ਮੁਰਾਦ ਜੀ? ਹੈ? ਮਹਿੰਗਾ ਕਿੰਨਾ ਹੈ? 800-900 ਰੁਪਏ ਦਾ ਕੈਪਸੂਲ ਹੈ ਇੱਕ। ਹਾਂਜੀ ਇਹ ਤੁਸੀਂ ਸਿਰਫ ਇੱਕੋ ਹੀ ਖਾਣਾ। ਇੱਕੋ ਹੀ ਬਸ? ਠੀਕ ਹੈ। ਠੀਕ ਹੈ ਜੀ। ਇੱਕੋ ਹੀ ਖਾਣਾ। ਅੱਛਾ ਜੀ। ਇਹਦੇ ਬਾਅਦ ਜੇ ਤੁਸੀਂ ਬਚ ਗਏ ਤੇ ਫਿਰ ਮੈਂ ਤੁਹਾਨੂੰ ਹੋਰ ਲਿਖ ਦਾਂਗਾ ਜੀ ਕਿ ਤੁਸੀਂ ਤੇ ਖਾਓ। ਕੀ ਮਤਲਬ ਜੀ ਬਚ ਗਏ? ਮੈਂ ਤਾਂ ਆਓ ਮੈਂ ਤੁਹਾਡੀ ਰਿਪੋਰਟ ਬਣਾ ਰਿਹਾ ਜੀ। ਬੜੀ ਬੜੀ ਆਈ ਉੱਥੇ ਲੰਮੇ ਪੈ ਜਾਓ। ਆਈ ਓਏ ਮਾਂ ਮਰੀਏ ਆਈ ਕਿੱਥੇ ਲੰਮੇ ਪੈਣਾ ਜੀ? ਹੈ ਜੀ। ਕਿੱਥੇ? ਘਰ ਚਲੇ ਜਾਓ। ਉੱਥੇ ਕਹਿਣ ਦੇ ਉੱਥੇ ਉੱਥੇ ਪਹਿਲੇ ਤੈਨੂੰ ਕਿ ਲੰਮੇ ਪਿਆ ਬੜੇ ਵੱਡੇ ਹੱਥ ਸਨ, ਲੰਮੇ ਲੰਮੇ ਬੰਦੇ ਕੀ ਦੱਸਾਂ ਤੈਨੂੰ ਡਾਕਟਰ ਸਾਹਿਬ, ਓਏ ਕਾਦੀ ਬੜੇ ਸਨ ਉਹਨਾਂ ਦੇ। ਡਾਕਟਰ ਸਾਹਿਬ ਮੇਰਾ ਕੁਝ ਕਰ ਲੋ। ਅੱਖ ਲਾਣੀ ਮੈਂ ਸੀਨੇ ਤੇ ਸੱਟਾਂ ਨਹੀਂ ਡਾਕਟਰ ਸਾਹਿਬ ਜੀ। ਕੀ ਮਹਿਸੂਸ ਹੋ ਰਿਹਾ ਜੀ? ਸਕੂਨ। ਖਾਬ ਦੇਖ ਰਹੇ ਹਾਂ ਡਾਕਟਰ ਸਾਹਿਬ? ਸੀਨੇ ਤੇ ਦਰਦ ਹੋ ਰਹੀ। ਜ਼ੋਰ ਲਾਉਣ ਨਾਲ ਤਕਲੀਫ ਹੁੰਦੀ ਹੈ ਸੀਨੇ ਤੇ। ਓਏ ਹੋਏ ਸੀਨੇ ਤੇ ਜ਼ਾਲਮੇ ਨੇ ਇੱਟ ਮਾਰੀ ਹੈ ਬੈਤੀ ਸੀਨੇ ਚ। ਸੀਨੇ ਤੇ? ਹਾਂਜੀ। ਸੀਨੇ ਤੇ ਦੀਵਾਰ ਬਣਨ ਲਈ? ਹਾਂਜੀ। ਤੁਸੀਂ ਮੁੜ ਜਾ ਨਹੀਂ ਸੌ ਗਈ ਮੁੰਡਾ ਮੇਰਾ ਨਹੀਂ ਹੋ ਰਹੀ। ਬੜੇ ਕਾਬਲ ਡਾਕਟਰ ਹੋ। ਸ਼ਾਬਾਸ਼। ਓਕੇ ਠੀਕ ਹੈ ਜੀ।
ਥੋੜਾ ਤੇ ਖੜਾ ਉੱਠ ਕੇ ਬੈਠ ਓਏ ਹੋਏ ਅੱਛਾ ਦਰਦ ਹੋ ਰਹੀ ਹੈ ਹਾਂ ਜੀ ਹੋ ਰਹੀ ਹੈ ਬੈਕ ਸਾਈਡ ਤੇ ਬੈਕ ਸਾਈਡ ਤੇ ਦਰਦ ਹੋ ਰਹੀ ਹੈ ਹੋ ਰਹੀ ਹੈ ਜੀ ਬਹੁਤ ਇੱਕ ਸੱਜੇ ਸ਼ੋਲਡਰ ਚ ਆਏ ਸੱਜੇ ਚ ਵੀ ਹੋ ਰਹੀ ਹੈ ਖੱਬੇ ਚ ਵੀ ਹੋ ਰਹੀ ਹੈ ਖੱਬੇ ਚ ਵੀ ਹੋ ਰਹੀ ਹੈ ਤੇਰੀ ਤੇ ਰਿਪੋਰਟ ਪੜ ਗਈ ਸਾਡੀ ਹੈ ਮੈਂ ਕਰ ਦੇਣਾ ਹੁਣ ਓਕੇ ਜੀ ਜੀ ਟੈਨਸ਼ਨ ਨਾ ਲੈ ਮੋਏ ਇਸ ਕਿਸਮ ਦੀ ਰਿਪੋਰਟ ਬਣਾਵਾਂਗਾ ਯਾਦ ਕਰ ਜਿੰਦੇ ਵਸਦੇ ਰਹੋ السلام علیکم وعلیکم السلام سر ڈاکٹر شوکت صاحب جی ڈاکٹر شوکت جی کو جی رپورٹاں تسی بناندے ہو کیڑی رپورٹاں جی اے کوئی کسے نو کچھ جھوٹا کیس کچھ پسانا ہوے کوئی پرچہ کروانا ہوے اچھا 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 ایسا کوئی میڈیکل رپورٹ میڈیکل ہاں جی ہاں جی او پروانے بنا لینے ہاں جی میں تے اس قسم دی رپورٹ بنانا میرا بنائے میڈیکل دے پتہ دو سال بعد نہیں ہے اچھا ਤੇ ਇਹਦਾ ਮਤਲਬ ਹੈ ਵੀ ਇਹ ਦੇਖ ਨਾ ਪਲਾਇਰ ਬੋਰਡ ਤੁਸੀਂ ਤੁਹਾਡੇ ਹੱਥ ਦੀ ਬਣੀ ਹਾਂ ਯੈਸ ਮੈਂ ਹੀ ਬਣਾਈ ਤੁਹਾਡੇ ਹੱਥ ਦੀ ਬਣੀ ਸਰ ਮੈਂ ਮੈਡੀਕਲ ਬਣਾਈ ਯਾ ਸਰ ਇਹ ਲੈ ਕੇ ਆਇਆ ਨਾ ਜ਼ਰਾ ਇਹਨਾਂ ਨੂੰ ਚਲੋ ਆ ਰਹੇ ਹਾਂ ਭਾਈ ਲੋ ਤੇ ਤੂੰ ਇਹ ਡਾਕਟਰ ਸ਼ੌਕਤ ਜੀ ਡਾਕਟਰ ਸ਼ੌਕਤ ਮੈਨੂੰ ਪਹਿਚਾਣਿਆ ਮੈਂ ਤੁਹਾਨੂੰ ਕਿਤੇ ਵੇਖਿਆ ਜੀ ਮੈਂ ਪਾਕਿਸਤਾਨ ਲੈਵਲ ਤੇ ਕਰਾਟੇ ਚੈਂਪੀਅਨ ਅੱਛਾ ਜੀ ਬਲੈਕ ਬੈਲਟ ਅੱਛਾ 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 ਕਈ ਮੁਲਕਾਂ ਦੇ ਵਿੱਚ ਆਪਣੀ ਜਿੱਤ ਹਾਸਲ ਕਰ ਚੁੱਕਿਆ ਜੀ ਜੀ ਮੈਂ ਦੇਖਿਆ ਤੁਹਾਨੂੰ ਦੇਖਿਆ ਰਿਪੋਰਟ ਇਹਨਾਂ ਨੇ ਬਣਾਈ ਹੈ ਇਹ ਮੇਰਾ ਪਹਿਨੋਈ ਹੈ ਇਹ ਜੀ ਮੇਰਾ ਬਹਿਨੋਈ ਏ ਅੱਛਾ ਤੂੰ ਆਪਣਾ ਕੇਸ ਵਾਪਸ ਲੈ ਚੁੱਕਿਆ ਵਾ ਤੇਰੇ ਗਲਤ ਰਿਪੋਰਟ ਬਣਾਉਣ ਦੀ ਵਜ੍ਹਾ ਨਾਲ ਮੇਰੇ ਦੋ ਭਰਾ ਅੰਦਰ ਨੇ ਤੈਨੂੰ ਪਤਾ ਨਹੀਂ ਜੀ ਤੇਰੀ ਰਿਪੋਰਟ ਕੋਈ ਨਹੀਂ ਕੌਣ ਬਣਾਏਗਾ ਤੇ ਕੌਣ ਤੈਨੂੰ ਛੁਡਾਏਗਾ